1100 रुपया दूंगा तेरी बलि देने। आजा बह जा। तो फिर मैं बह जा, खर्चूंगा कितना? मैं 1100 मार दूंगा। मैं था भाई, तेरू पहला 1100 दा पखड़ा देना। बैठ तो सही, बैठ तो बैठ बैठ। अस्सलामु अलैकुम, सत श्री अकाल। की हाल है शहजादे हो? किदां सारे वीर? राजी तकड़े खुशबाश। उम्मीद करना वा सारे वीर खैर खरीयत नाल होणगे तां खुशबाश होणगे, अपने दोस्तां दे नाल ते अपने बेली सजणां दे नाल ते अपने जिगरी यारां दे नाल। ਇੱਦਾਂ ਹੀ ਹੱਸਦੇ ਤੇ ਵੱਸਦੇ ਰਹੋ ਮੇਰੇ ਸ਼ਹਿਜ਼ਾਦੇ ਵੀਰੋ। ਤਾਂ ਵੀਰੋ ਅੱਜ ਦੀ ਵੀਡੀਓ ਫਨੀ ਵੀਡੀਓ ਆ, ਬੜੀ ਮਜ਼ੇਦਾਰ ਆ। ਇੱਕ ਕਾਲੇ ਪੀਲੇ ਲੇਂਡੂ ਨੂੰ ਸਿੰਘਾਂ ਨੇ ਫੜਿਆ, ਕਹਿੰਦੇ ਆ ਬਈ ਤੇਰੀ ਬਲੀ ਦੇਣੀ ਆ, ਤੈਨੂੰ 1100 ਰੁਪਈਆ ਦੇਵਾਂਗੇ ਤੇ ਤੁਰ ਸਾਡੇ ਨਾਲ, ਤੇਰੀ ਬਲੀ ਦੇਣੀ ਆ। ਤੇ ਅੱਗੋਂ ਕਾਲਾ ਪੀਲਾ ਲੇਂਡੂ ਕੀ ਕਹਿੰਦਾ ਵਾ, ਆ ਦੇਖੋ ਵੀਡੀਓ। ਬਾਕੀ ਗੱਲਾਂ ਫਿਰ ਆਪਾਂ ਬਾਅਦ ਵਿੱਚ ਕਰਨੇ ਆ। ਫਾੜੇ ਨੂੰ ਇਹ ਉਹ ਹੀ ਜਿਹੜਾ ਭੱਜ ਕੇ ਗਿਆ, ਇਹਨੂੰ ਗੱਡੀ 'ਚ ਬਾਲ ਲਾ, ਆ ਜਾ ਤੈਨੂੰ ਰੋਟੀ ਕਿ ਤੈਨੂੰ ਸਾਰਾ ਕੁਝ ਖਾਣਾ। ਕੀ ਕਰਨਾ, ਬਲੀ ਦੇਣੀ ਤੇਰੀ ਬਲੀ, ਉਦਣ ਤਾਂ ਬਚ ਗਿਆ ਤੈਨੂੰ 1100 ਰੁਪਇਆ ਦੇਵਾਂਗੇ। ਅੱਗੋ ਲੇਂਡੂ ਕਹਿੰਦਾ ਵਾ ਬਈ ਮੈਂ ਉਹ ਖਰਚੂਗਾ ਕਿੱਦਾਂ, ਬੜਾ ਸਮਝਦਾਰ ਆ ਬਈ। ਵੀਰਾਂ ਨੇ ਕਹਿੰਦੇ ਆ ਤੈਨੂੰ ਪਹਿਲੇ ਉਹ 1100 ਰੁਪਇਆ ਖਿਲਾ ਦੇਵਾਂਗੇ, ਫਿਰ ਤੇਰਾ ਮੋਰਾ ਢਿੱਲਾ ਕਰਾਂਗੇ। ਫੜ ਕੇ ਬਿਠਾਲ ਯਾਰ, ਬੁੱਧ ਬਿਠਾਲ, ਬੁੱਧ ਬਿਠਾ, ਇਧਰ ਆ, ਇਧਰ ਬੈਚ ਬੈਠ ਯਾਰ। ਉਹ ਕਿੱਥੇ ਚੱਲਾਂ ਤੂੰ, ਗੱਡੀ ਚ ਤਾਂ ਬੈਠ। ਉਰਿਆ ਗੱਲ ਹੁਣ ਭੱਜਣਾ ਥੋੜੇ, ਉਰਿਆ ਗੱਲ ਤੂੰ ਉਰੇ ਤਾਂ ਯਾਰ ਕੀ ਕਰੀਏ, ਤੈਨੂੰ ਵਧੀਆ ਕੋਟ ਵੀ ਦੇਵਾਂਗੇ, ਤੇਰੀ ਡੈਡ ਬੋਡੀ ਤੇ ਪਾ ਦੇਣਾ ਆਪਾਂ। ਉਰਿਆ ਉਹ ਗੱਲ ਤਾਂ ਸੁਣ, ਯਕੀਨ ਮੰਨੋ ਬਈ ਮੈਂ ਤਾਂ ਜਦੋਂ ਦੀ ਇਹ ਵੀਡੀਓ ਦੇਖੀ ਹੱਸੀ ਜਾ ਰਿਹਾ ਵਾ। ਹਾਂ ਬਈ ਸ਼ਹਿਜ਼ਾਦਿਓ, ਦੇਖੀ ਆ ਵੀਡੀਓ ਕਿੱਦਾਂ ਭੱਜਿਆ ਫਿਰ ਕਾਲਾ ਪੀਲਾ ਲੇਂਡੂ ਜਦੋਂ ਬਲੀ ਦੇਣ ਦੀ ਗੱਲ ਆਈ। ਬੜਾ ਸਮਝਦਾਰ ਆ ਬਈ, ਕਹਿੰਦਾ ਮੈਂ 1100 ਰੁਪਇਆ ਖਰਚੂਗਾ ਕਿੱਦਾਂ ਜੇ ਤੁਸੀਂ ਮੇਰੀ ਬਲੀ ਚਾੜ ਦੋਗੇ ਤਾਂ। ਅੱਗੋਂ ਉਹਨਾਂ ਨੇ ਵੀ ਸਿਰਾ ਹੀ ਕਰਾਇਆ, ਕਹਿੰਦੇ ਆ ਤੈਨੂੰ ਪਹਿਲਾਂ 1100 ਦੇ ਕੇ ਤੈਨੂੰ ਖਿਲਾ ਪਿਲਾ ਕੇ ਫੇਰ ਦਿਆਂਗੇ ਤੇਰੀ ਬਲੀ। ਯਕੀਨ ਮੰਨੋ ਬਈ ਮੈਂ ਤਾਂ ਜਦੋਂ ਦੀ ਵੀਡੀਓ ਦੇਖੀ ਮੇਰੀ ਹੱਸੀ ਨਹੀਂ ਰੁਕਦੀ। ਇਹਦਾ ਵੇਖੋ ਨਾ, ਇਹਦੀ ਸ਼ਕਲ ਵੇਖੋ ਨਾ ਇਹਦੀ, ਇਹ ਕੋਈ ਸਾਧੂ ਮਹਾਰਾਜ ਬਣਿਆ ਕਿੱਦਾਂ ਤੁਰਾ ਕੱਢਿਆ ਭੈਣ ਪਹਾੜ ਨੇ ਉਹ ਤਾਂ। ਆਪਣੇ ਵੱਲੋਂ ਤੇ ਕੋਈ ਸਾਧੂ ਸੰਤ ਬਣਿਆ ਫਿਰਦਾ ਵਾ,
ਇਦਾਂ ਦੇ ਬਹੁਤ ਫਿਰਦੇ ਆ ਕਾਲੇ ਪੀਲੇ ਲੇਂਡੂ ਭਾਰਤ ਮਾਤਾ ਦੇ ਵਿੱਚ ਸਾਧੂ ਸੰਤ ਬਣ ਕੇ ਮੰਗਦੇ ਫਿਰਦੇ ਆ। ਕੁਛ ਤਾਂ ਸਾਲੇ ਇੱਦਾਂ ਦੇ ਚੂਤੀਆ ਵਾ ਉਹਨਾਂ ਨੇ ਆਪਣੇ ਭਗਵਾਨਾਂ ਦਾ ਹੀ ਰੂਪ ਧਾਰਨ ਕੀਤਾ ਹੋਇਆ, ਕੋਈ ਮਹਾਦੇਵ ਬਣਿਆ ਫਿਰਦਾ ਤੇ ਕੋਈ ਹਨੂੰਮਾਨ ਬਣਿਆ ਫਿਰਦਾ ਹੈ। ਸਾਲੇ ਆਪਣੇ ਭਗਵਾਨਾਂ ਦਾ ਵੀ ਆਪ ਹੀ ਅਪਮਾਨ ਕਰਦੇ ਫਿਰਦੇ ਆ। ਉਹ ਭਗਵਾਨ ਕਿਸੇ ਕੋਲੋਂ ਮੰਗਦੇ ਸੀ 10-10 ਰੁਪਈਏ 5-5 ਰੁਪਈਏ ਹੈ, ਇਹ ਸਾਲੇ ਆਪਣੇ ਭਗਵਾਨਾਂ ਨੂੰ ਵੀ ਬਦਨਾਮ ਕਰੀ ਫਿਰਦੇ ਆ, ਕਰਦੇ ਫਿਰਦੇ ਆ। ਉਹਨਾਂ ਦਾ ਰੂਪ ਧਾਰਨ ਕਰਕੇ ਹੁਣ ਇਹਨੇ ਪਤਨੀ ਕਿਹਦਾ ਰੂਪ ਧਾਰਨ ਕੀਤਾ ਸੀ, ਉੱਤੇ ਤੁਰਾ ਜਿਹਾ ਕੱਢਿਆ ਸੀ ਤੇ ਚੰਗਾ ਟਿੱਕਾ ਵਾਹਿਆ ਅੱਗੇ ਮੱਥੇ ਦੇ ਉੱਤੇ, ਤੇ ਜਦੋਂ ਗੱਲ ਆਈ ਬਲੀ ਦੀ ਉਦੋਂ ਭੱਜਿਆ ਪੂਛ ਚੱਡਿਆ ਚ ਦੇ ਕੇ। ਬਈ ਸਾਲਿਆ ਤੈਨੂੰ ਤਾਂ ਖੁਸ਼ ਹੋਣਾ ਚਾਹੀਦਾ ਸੀਗਾ, ਤੇਰੀ ਤਾਂ ਬਲੀ ਚਾੜਨ ਲੱਗੇ ਸੀ ਕਾਲੀ ਮਾਤਾ ਨੂੰ। ਓਕੇ ਵੀਰੋ, ਚਾਹੁੰਦਾ ਵਾ ਇਜਾਜ਼ਤ, ਅੱਜ ਦੀ ਵੀਡੀਓ ਇੰਨੀ ਆ, ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ। ਤਾਂ ਤੱਕ ਰੱਬ ਰਾਖਾ ਸਾਰੇ ਵੀਰਾਂ ਨੂੰ, ਢੇਰ ਸਾਰਾ ਪਿਆਰ ਤੇ ਲਵ ਯੂ ਸਾਰੇ ਵੀਰਾਂ ਨੂੰ, ਜਿਉਂਦੇ ਵਸਦੇ ਰਹੋ ਆਪਣੇ ਜਿਗਰੀ ਯਾਰਾਂ ਦੇ ਨਾਲ ਤੇ ਆਪਣੇ ਪਟੋਲਿਆਂ ਦੇ ਨਾਲ। ਖਾਲਿਸਤਾਨ ਜ਼ਿੰਦਾਬਾਦ।